ਜਿਸ ਤਰ੍ਹਾਂ ਬੱਚਾ ਹੋਸ਼ ਸੰਭਾਲਦਾ ਤਾਂ ਮਾਂ ਪਿਓ ਨੂੰ ਇਹ ਫਿਕਰ ਸਤਾਉਂਦੀ ਹੈ ਕਿ ਉਹਦਾ ਬੱਚਾ ਕਿਹੜੀ ਮਦਰਸੇ ਜਾਂ ਕਿਹੜੀ ਸਕੂਲ ਵਿੱਚ ਜਾ ਕੇ ਉਹ ਕੁਝ ਸਿੱਖਿਆ ਲਵੇ, ਦੁਨਿਆਵੀ ਸਿੱਖਿਆ। ਅਤੇ ਇਹੀ ਫਿਕਰ ਜਿਹੜੀ ਸੀ ਉਹ ਮਹਿਤਾ ਕਲਿਆਣ ਦਾਸ ਜਿਹੜੇ ਪਿਤਾ ਸਨ ਬਾਬਾ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ, ਉਹਨਾਂ ਨੂੰ ਵੀ ਸਤਾ ਰਹੇ ਸਨ। ਉਹਨਾਂ ਨੇ ਬਾਬਾ ਗੁਰੂ ਨਾਨਕ ਜੀ ਦਾ ਜਿਹੜਾ ਹੈ ਉਹ ਵੇਖਿਆ ਕਿ ਬੱਚਾ ਜਿਹੜਾ ਹੈ ਉਹ ਸਿੱਖ ਰਿਹਾ ਹੈ, ਅਤੇ ਬਚਪਨ ਤੋਂ ਬਾਬਾ ਜੀ ਜਿਹੜੇ ਸਿਆਣੀਆਂ ਗੱਲਾਂ ਕਰਦੇ ਸਨ, ਤਾਂ ਉਹਨਾਂ ਦੀ ਇੱਕ ਸੋਚ ਸੀ ਕਿ ਮੈਂ ਆਪਣੇ ਪੁੱਤ ਨੂੰ ਕਿਸੇ ਮਦਰਸੇ ਵਿੱਚ ਜਾ ਕੇ ਉਹਨਾਂ ਦੀ ਸਿੱਖਿਆ ਕਰਾਵਾਂ ਕਿਸੇ ਪੰਡਿਤ ਤੋਂ। ਜਦੋਂ ਇਹ ਉਹੀ ਅਸਥਾਨ ਹੈ ਜਿੱਥੇ ਬਾਬਾ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਦੁਨਿਆਵੀ ਜਿਹੜੀ ਤਾਲੀਮ ਸੀ ਉਹ ਮੌਲਵੀ ਕੁਤਬੁੱਦੀਨ ਤੋਂ ਹਾਸਿਲ ਕੀਤੀ। ਪਾਕਿਸਤਾਨ ਦਾ ਇਤਿਹਾਸਕ ਸ਼ਹਿਰ ਨਨਕਾਣਾ ਸਾਹਿਬ, ਜਿੱਥੇ ਗੁਰੂ ਨਾਨਕ ਦੇ ਜਨਮ ਅਸਥਾਨ ਤੋਂ ਕੁਝ ਹੀ ਦੂਰੀ ਤੇ ਸਥਿਤ ਹੈ ਗੁਰਦੁਆਰਾ ਸ਼੍ਰੀ ਪੱਟੀ ਸਾਹਿਬ, ਜੋ ਕਦੇ ਗੁਰੂ ਨਾਨਕ ਦੇਵ ਜੀ ਦਾ ਮਦਰਸਾ ਹੋਇਆ ਕਰਦਾ ਸੀ। ਅੱਜ ਤੁਹਾਨੂੰ ਪਹਿਲੀ ਵਾਰ ਉਸੇ ਸਕੂਲ ਦੇ ਦਰਸ਼ਨ ਕਰਾਵਾਂਗੇ ਜਿੱਥੇ ਗੁਰੂ ਨਾਨਕ ਸਾਹਿਬ ਨੇ ਪਹਿਲੀ ਤਾਲੀਮ ਲਈ। ਜਦੋਂ ਬਾਬਾ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਸਵਾਲ ਕਰਨਾ ਸ਼ੁਰੂ ਕਰ ਦਿੱਤੇ, ਹਰ ਸਵਾਲ ਦਾ ਉਹਨਾਂ ਕੋਲ ਕੋਈ ਜਵਾਬ ਨਹੀਂ ਸੀ, ਅਤੇ ਉਹ ਬੇਬਸ ਹੋ ਕੇ ਮਹਿਤਾ ਕਲਿਆਣ ਦਾਸ ਨੂੰ ਦੱਸਦੇ ਨੇ ਕਿ ਤੁਹਾਡੇ ਪੁੱਤ ਕੋਈ ਮਹਾਨ ਹਸਤੀ ਆ, ਇਸ ਦਾ ਸਾਡੇ ਕੋਲ ਕੋਈ ਜਵਾਬ ਨਹੀਂ, ਜਿਹੜਾ ਇਹ ਸਵਾਲ ਕਰਦਾ ਉਹ ਸਾਡੇ ਕੋਲ ਕੋਈ ਜਵਾਬ ਨਹੀਂ। ਸੁਨਹਿਰੀ ਰੰਗ ਦੀ ਇਮਾਰਤ ਤੇ ਸੋਹਣਾ ਵਿਹੜਾ, ਜਿਸ ਦੀ ਹਦੂਦ ਅੰਦਰ ਅੱਜ ਇਹ ਖੂਬਸੂਰਤ ਗੁਰੂ ਘਰ ਸੁਸ਼ੋਭਿਤ ਹੈ। ਇਤਿਹਾਸ ਮੁਤਾਬਕ 6 ਸਾਲ ਦੀ ਉਮਰ ਦੇ ਵਿੱਚ ਵਿੱਦਿਆ ਹਾਸਲ ਕਰਨ ਲਈ ਗੁਰੂ ਨਾਨਕ ਦੇਵ ਜੀ ਦਾ ਦਾਖਲਾ ਇੱਥੇ ਹੀ ਕਰਵਾਇਆ ਗਿਆ ਸੀ, ਜਿੱਥੇ ਗੁਰੂ ਸਾਹਿਬ ਦੇ ਪ੍ਰਸ਼ਨਾਂ ਨੂੰ ਸੁਣ ਪੰਡਿਤ ਗੋਪਾਲ ਦਾਸ ਵੀ ਹੈਰਾਨ ਰਹਿ ਗਏ। 6 ਸਾਲ ਦੀ ਉਮਰ ਵਿੱਚ ਮਹਾਰਾਜ ਪਹਿਲੀ ਵਾਰ ਜਦੋਂ ਪੜ੍ਹਨ ਵਾਸਤੇ ਗਏ ਹੈ ਤਾਂ ਸਭ ਨਾਲੋਂ ਪਹਿਲਾਂ ਜੋ ਪਾਂਧਾ ਗੋਪਾਲ ਦਾਸ ਹੈ, ਜਿਹਦੇ ਕੋਲ ਮਹਾਰਾਜ ਲੇਖੇ ਦੀ ਪੜ੍ਹਾਈ ਜਿਹੜੀ ਹੈ ਉਹ ਪੜ੍ਹਨ ਵਾਸਤੇ, ਕਿਉਂਕਿ ਬਾਬਾ ਕਾਲੂ ਜੀ ਚਾਹੁੰਦੇ ਸਨ ਕਿ ਜਿਵੇਂ ਮੈਂ ਪਟਵਾਰੀ ਹਾਂ ਮੇਰਾ ਪੁੱਤ ਵੀ ਕੁਝ ਲੇਖੇ ਜੋਖੇ ਦਾ ਹਿਸਾਬ ਕਿਤਾਬ ਸਿੱਖੇ ਅਤੇ ਕੱਲ੍ਹ ਨੂੰ ਇਹ ਵੀ ਇਸ ਪਦਵੀ ਦੇ ਉੱਤੇ ਕੰਮ ਕਰੇਗਾ। ਤਾਂ ਗੋਪਾਲ ਦਾਸ ਨੇ ਗੁਰੂ ਨਾਨਕ ਸਾਹਿਬ ਜੀ ਨੂੰ ਜਦੋਂ ਪਹਿਲੇ ਦਿਨ ਜੋ ਪੜ੍ਹਾਇਆ ਜਿਵੇਂ ਜਿਵੇਂ ਉਹ ਕਹਿੰਦਾ ਗਿਆ ਮਹਾਰਾਜ ਮਗਰ ਮਗਰ ਬੋਲਦੇ ਗਏ। ਲੇਕਿਨ ਜਦੋਂ ਅਗਲੇ ਦਿਨ ਗੁਰੂ ਨਾਨਕ ਸਾਹਿਬ ਜੀ ਨੂੰ ਛੱਡ ਕੇ ਆਏ ਨੇ ਗੋਪਾਲ ਦਾਸ ਜੀ, ਤਾਂ ਉਹਨੇ ਆਖਿਆ ਨਾ ਇੱਕ, ਅਤੇ ਮਹਾਰਾਜ ਕਹਿੰਦੇ ਵੀ ਇਸ ਇੱਕ ਦਾ ਅਰਥ ਕੀ ਹੈ? ਕਹਿੰਦਾ ਜੀ ਇਹਦਾ ਅਰਥ ਇਕੱਲੇ ਦਾ ਤਾਂ ਕੁਝ ਨਹੀਂ ਬਣਨਾ, ਇੱਕ ਦਾ ਤਾਂ ਇੱਕ ਹੀ ਹੁੰਦਾ ਹੈ। ਅਤੇ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਨੇ ਬਚਨ ਆਖਿਆ ਵੀ ਜਿਸ ਪੜ੍ਹਾਈ ਦਾ ਕੋਈ ਮਾਇਨਾ ਨਾ ਹੋਵੇ, ਜਿਹਦਾ ਕੋਈ ਅਰਥ ਨਾ ਹੋਵੇ, ਬੇਅਰਥ ਵਾਲੀ ਪੜ੍ਹਾਈ ਆਪਾਂ ਨਹੀਂ ਪੜ੍ਹਨੀ। ਉਹ ਕਹਿੰਦਾ ਫਿਰ ਇੱਕ ਦਾ ਬਣਦਾ ਕੁਝ ਨਹੀਂ, ਇਹਦੇ ਨਾਲ ਕੋ ਅੰਕ ਲੱਗੇਗਾ ਫਿਰ ਗਿਣਤੀ ਬਣਦੀ ਹੈ। ਪਰ ਮਹਾਰਾਜ ਕਹਿੰਦੇ ਨਹੀਂ, ਇੱਕ ਦਾ ਮਤਲਬ ਹੈ ਉਹ ਅਕਾਲ ਪੁਰਖ ਪਰਮੇਸ਼ਰ ਜਿਹੜਾ ਇੱਕ ਹੈ, ਜਿਹਨੇ ਸਾਨੂੰ ਅਤੇ ਤੁਹਾਨੂੰ ਸਾਰਿਆਂ ਨੂੰ ਹੀ ਬਣਾਇਆ ਹੈ, ਜਿਹਦੇ ਅਸੀਂ ਸਾਜੇ ਹੋਏ ਹਾਂ। ਅੱਜ ਦੁਨੀਆ ਭਰ ਤੋਂ ਸੰਗਤ ਇਸ ਅਸਥਾਨ ਤੇ ਦਰਸ਼ਨ ਕਰਨ ਆਉਂਦੀ ਹੈ, ਜਿੱਥੇ ਪਾਂਧੇ ਨੂੰ ਇੱਕ ਦਾ ਅਸਲ ਮਤਲਬ ਸਮਝਾਉਣ ਦੇ ਬਾਅਦ ਪੰਡਿਤ ਬ੍ਰਿਜਲਾਲ ਨੂੰ ਵੀ ਪੜ੍ਹਾਈ ਕਰਨ ਦੀ ਬਜਾਏ ਗੁਰੂ ਨਾਨਕ ਜੀਵਨ ਦਾ ਉਪਦੇਸ਼ ਦੇ ਗਏ। ਬਾਬਾ ਕਾਲੂ ਜੀ ਧੰਨ ਗੁਰੂ ਨਾਨਕ ਸਾਹਿਬ ਜੀ ਨੂੰ ਬ੍ਰਿਜਨਾਥ ਜਿਹੜਾ ਪੰਡਿਤ ਹੈ ਉਹਦੇ ਕੋਲ ਸੰਸਕ੍ਰਿਤ ਸਿੱਖਣ ਵਾਸਤੇ ਲੈ ਕੇ ਗਏ ਆ ਵੀ ਇਹ ਸੰਸਕ੍ਰਿਤ ਪੜ੍ਹਾਏਗਾ। ਲੇਕਿਨ ਉਹਨੂੰ ਵੀ ਮਹਾਰਾਜ ਨੇ ਜੀਵਨ ਦਾ ਉਪਦੇਸ਼ ਦਿੱਤਾ ਵੀ ਅਸਲ ਵਿੱਚ ਇਹਨਾਂ ਆਪਣੇ ਮਨ ਨੂੰ ਆਪਣੇ ਇੰਦਰੀਆਂ ਨੂੰ ਵਸ ਵਿੱਚ ਰੱਖ ਕੇ ਔਰ ਕਿਵੇਂ ਆਪਣੇ ਅੰਦਰ ਨੂੰ ਵੀ ਪੜ੍ਹਨ ਦਾ ਯਤਨ ਕਰਨਾ, ਜਿੱਥੇ ਬਾਹਰ ਦੀ ਪੜ੍ਹਾਈ ਬਾਹਰ ਪੜ੍ਹਾਇਆ ਜਾ ਰਿਹਾ ਉੱਥੇ ਮਹਾਰਾਜ ਨੇ ਉਸ ਗਿਆਨ ਦੀ ਵੀ ਗੱਲ ਕੀਤੀ ਜਿਹੜਾ ਆਪਣੇ 'ਤੇ ਵੀ ਟਿਕਾਉਣਾ। ਇਹ ਆਲਮ ਵੇਖ ਮਹਿਤਾ ਕਾਲੂ ਜੀ ਅਰਬੀ ਤੇ ਫਾਰਸੀ ਦੀ ਜ਼ੁਬਾਨ ਸਿਖਾਉਣ ਲਈ ਬਾਬੇ ਨਾਨਕ ਨੂੰ ਮੌਲਵੀ ਕੁਤਬਦੀਨ ਦੇ ਪਾਸ ਵੀ ਲਿਆਏ, ਜੋ ਗੁਰੂ ਨਾਨਕ ਦੇ ਸਵਾਲਾਂ ਅੱਗੇ ਅਸਮਰਥ ਦਿਖੇ। ਜਦੋਂ ਮੌਲਵੀ ਕੁਤਬਦੀਨ ਦੀ ਬਾਤ ਆਉਂਦੀ ਜਿਹਦੇ ਕੋਲੋਂ ਅਰਬੀ ਤੇ ਫਾਰਸੀ ਦੀ ਪੜ੍ਹਾਈ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਕਰਵਾਉਣ ਵਾਸਤੇ ਬਾਬਾ ਕਾਲੂ ਜੀ ਲੈ ਕੇ ਗਏ ਨੇ, ਲੇਕਿਨ ਮੌਲਵੀ ਦੇ ਕੋਲ ਵੀ ਜਦੋਂ ਜਾ ਕੇ ਸਤਿਗੁਰਾਂ ਨੇ ਬਚਨ ਵਿਲਾਸ ਕੀਤੇ ਆ, ਸਵਾਲ ਜਵਾਬ ਹੋਏ ਨੇ, ਉਸ ਮੌਲਵੀ ਨੂੰ ਵੀ ਅੱਗੋਂ ਸਤਿਗੁਰੂ ਨਾਨਕ ਜੀ ਨੇ ਜੋ ਬਚਨ ਕਹੇ ਨੇ
लेकिन मौलवी भी लाजवाब हो गया भी महाराज पर्शियन तो इस तरह पढ़ते है, फारसी तो इस तरह पढ़ते ने बई जिस तरह इन्हें पहले ही बहुत कुछ पढ़िया हो। और गुरु पातशाह ने जिथे तिना जिहड़े टीचर ने उन्हां दे कोलों जिथे महाराज ने पढ़ाई की गल की उत्थे उन्हां नूं दस्या कि एक टीचर का जिहड़ा वो धर्म की होना चाहिए है। इस मदरसे दे विच पढ़न आए गुरु साहब ने इसे अस्थान ते जो बाणी उचारी उसे दे चलदे इस गुरु घर दा नाम गुरुद्वारा श्री पट्टी साहब रखिया गया, जिथे एनी दिनी उसे रवायत नूं कायम रखते हुए अमृत वेले गुरबाणी संथ्या दिती जांदी है। गुरु नानक साहब जी ने जदों आसा राग विच जिहड़ी पट्टी उचारण कीती है जो इसे अस्थान ते उचारी है गुरु घर दे विच इसे जिथे पहला मदरसा सी, तां उत्थे महाराज ने सस्सै सोए सृष्ट जिन साजी सभना साहिब एक पया सेवत रहे चित जिन का लागा आया तिनका सफल पया मन काहे भूले मूड़ मना। अज भी उस अस्थान दे उत्ते जो उस परंपरा नूं कायम रखदिआं होइआं पाकिस्तान दे विच जिन्ने भी वसदे साडे सिख वीर ने उत्थे बच्चियां दी अमृत वेले 5 बजे क्लास हुंदी है और उन्हां नूं गुरबाणी दी संथ्या दित्ती जांदी है। ਅੱਜ ਮਕਸਦ ਇਹ ਸੀ ਕਿ ਤੁਹਾਨੂੰ ਇਸ ਪਵਿੱਤਰ ਅਸਥਾਨ ਦਾ ਵੀ ਮੈਂ ਦਰਸ਼ਨ ਕਰਾਵਾਂ। ਅੱਜ ਤੁਸੀਂ ਵੇਖ ਰਹੇ ਹੋ ਇਹ ਉਹੀ ਮਦਰਸਾ ਹਾ ਜਿੱਥੇ ਬਾਬਾ ਜੀ ਨੇ ਦੁਨਿਆਵੀ ਤਾਲੀਮ ਜਿਹੜੀ ਹਾਸਿਲ ਕੀਤੀ। ਦੈਨਿਕ ਸਵੇਰਾ ਲਈ ਪਾਕਿਸਤਾਨ ਤੋਂ ਹਰਮੀਤ ਸਿੰਘ ਦੀ ਰਿਪੋਰਟ।